ਪੰਜ ਕਰਨੀ ਹੈ ਕੀ ਹੈ ਸ਼ੀਟ ਨੰਬਰ ਪੰਜ ਦਾ ਪਹਿਲਾ ਉਹਨਾਂ ਨੇ ਲਿਖਿਆ ਕਿ ਕਿਹੜਾ ਕਿਹੜਾ ਇਹਦੇ ਚ ਆਪਣੇ ਕੋਲ ਕੰਸੈਪਟ ਹੈ ਲਰਨਿੰਗ ਆਊਟ ਆਫ ਯੂਨੀਫੋਰਮ ਹੈ ਇਹਦੇ ਚ ਪਰਸੈਂਟੇਜ ਪ੍ਰਤੀਸ਼ਤ ਨਾਲ ਰਿਲੇਟਡ ਕੁਐਸਚਨ ਹੈ ਕਿ ਪ੍ਰਤੀਸ਼ਤ ਕਿਸੇ ਵੀ ਰਕਮ ਦੀ ਪ੍ਰਤੀਸ਼ਤ ਕਰਨੀ ਹੋਵੇ ਜਿਵੇਂ ਆਪਾਂ ਕਹੀਏ 500 ਦਾ 40% ਕਿੰਨਾ ਹੋਇਆ ਉਹ ਚੀਜ਼ਾਂ ਇਹ ਤੁਹਾਨੂੰ ਸ਼ੀਟ ਕਰਦੇ ਉਹ ਚੀਜ਼ਾਂ ਤੁਸੀਂ ਸਿੱਖ ਲਓ ਆਪਾਂ ਬਾਜ਼ਾਰ ਜਾਂਦੇ ਹਾਂ ਆਪਾਂ ਕੋਈ ਚੀਜ਼ ਖਰੀਦਦੇ ਹੋ ਕਹਿੰਦੇ ਜੀ ਸ਼ਰਟ ਲਿੱਤੀ ਆ 500 ਰੁਪਏ ਦੀ ਸ਼ਰਟ ਹੈ ਦੁਕਾਨਦਾਰ ਕਹਿੰਦਾ ਇਹਦੇ ਉੱਪਰ 30% ਡਿਸਕਾਊਂਟ ਹੈ ਹੁਣ 500 ਰੁਪਏ ਦੀ ਸ਼ੀਟ ਖਰੀਦੀ ਉਹਦਾ 30% ਉਹਨੇ ਤਾਂ ਪਰਸੈਂਟ ਕਿਹਾ ਕਿ 30% ਇਹਦੇ ਉੱਪਰ ਡਿਸਕਾਊਂਟ ਹੈ ਤਾਂ ਕਿੰਨੇ ਰੁਪਏ ਤੁਹਾਨੂੰ ਮਾਫ ਹੋਏ 500 ਦੇ ਕੱਟੋਗੇ ਤਾਂ ਹੀ ਪਤਾ ਚੱਲੂਗਾ ਇਹ ਚੀਜ਼ਾਂ ਇਸ ਨਾਲ ਤੁਹਾਨੂੰ ਪਤਾ ਚੱਲਣ ਸਮਝ ਲੱਗ ਗਿਆ ਅੱਜ ਆਪਾਂ ਇਹ ਸਿੱਖਣਾ ਹੈ ਇਹ ਸ਼ੀਟ ਠੀਕ ਹੈ ਜੀ 1.7 ਕਿਲੋਮੀਟਰ ਦਾ 30% 30% ਆਫ 1.7 ਕਿਲੋਮੀਟਰ ਰਕਮ ਕੀ ਹੈ 1.7 ਹੈ ਰਕਮ ਕੀ ਹੈ 1.7 ਨਾਲ ਦੂਜੀ ਰਕਮ ਕੀ ਹੈ 30 ਹੁਣ ਅੱਗੇ ਕੀ ਹੈ 30% ਨਾਲ ਕੀ ਹੈ 10 3 ਕੀ ਹੈ ਇਹਦਾ ਮਤਲਬ ਕਿਹੜਾ ਨਿਸ਼ਾਨ ਹੈ 1.7 ਦਾ 30% ਦਾ ਮਤਲਬ ਕੀ ਹੋ ਗਿਆ ਯਾਨੀ ਕਿ ਜਦੋਂ ਆਪਾਂ ਕਿਸੇ ਦਾ ਡਿਸਕਾਊਂਟ ਕੱਢਣਾ ਹੋਵੇ ਤਾਂ ਉਹਨੂੰ ਗੁਣਾ ਕਰ ਲਓ ਜੇ ਆਪਾਂ ਕਹਿੰਦੇ 500 ਦੇ ਉੱਪਰ 30% ਡਿਸਕਾਊਂਟ ਹੈ ਤਾਂ 500 ਗੁਣਾ 30 ਹੁਣ ਪਰਸੈਂਟ ਦਾ ਮਤਲਬ ਕੀ ਹੁੰਦਾ ਜੇ ਮੈਂ ਤੋਂ ਪਰਸੈਂਟ ਖਤਮ ਕਰਨਾ ਹੋਵੇ ਤਾਂ ਮੈਂ ਕੀ ਫਰਕ ਕਰੂੰਗੀ ਅੱਗੇ ਵੀ ਆਪਾਂ ਪੜ੍ਹੇ ਕਿ ਪ੍ਰਤੀਸ਼ਤ ਦਾ ਮਤਲਬ ਕੀ ਹੁੰਦਾ ਪ੍ਰਤੀਸ਼ਤ ਦਾ ਮਤਲਬ ਹੁੰਦਾ 100 ਵਿੱਚੋਂ ਯਾਨੀ ਕਿ 100 ਵਿੱਚੋਂ 30 ਤਾਂ ਯਾਨੀ ਕਿ ਜੇ ਮੈਂ ਪ੍ਰਤੀਸ਼ਤ ਚਾਹਣਾ ਤਾਂ ਬਟੇ ਕੀ ਲਾਉਂਗੀ 100 ਸਮਝ ਲੱਗ ਗਈ ਬਟੇ ਕੀ ਲਾਉਂਗੀ 100 ਹੁਣ ਆ ਜਿਹੜਾ ਅੰਦਰਾ ਕੱਟੀ ਗਈ ਕਿੰਨਾ ਰਹਿ ਗਿਆ 1.7 ਗੁਣਾ 3 ਬਟੇ ਹੁਣ ਆ ਪੁਆਇੰਟ ਕੀ ਕਰੂੰਗੀ ਉਡਾ ਦੂੰਗੀ ਤਾਂ ਪੁਆਇੰਟ ਤੋਂ ਮਗਰ ਕਿੰਨੇ ਨੰਬਰ ਹੈ ਇੱਕ ਤਾਂ ਥੱਲੇ 1-0 ਦੇ ਨਾਲ ਪੁਆਇੰਟ ਨੂੰ ਉਡਾਉਣ ਦਾ ਮਤਲਬ ਹੈ ਜਦੋਂ ਪੁਆਇੰਟ ਉਡਾਤਾ ਤਾਂ ਉਹਨਾਂ ਕੀ ਫਰਕ ਪਿਆ ਪੁਆਇੰਟ ਦੇ ਮਗਰ ਜਿੰਨੀਆਂ ਰਕਮ ਹੈ ਉਹਨੀਆਂ ਜੀਰੋਆਂ ਦੇ ਕਲਾਣੀ ਹੈ ਉਲਟ ਪਾਸੇ ਜੇ ਪੁਆਇੰਟ ਉੱਪਰ ਹੈ ਤਾਂ ਉਹ ਥੱਲੇ ਜੇ ਥੱਲੇ ਤਾਂ ਹੁਣ ਕਿੰਨਾ ਆ ਗਿਆ 17 × 3 ਬਟੇ 100 ਤੇ 17 × 3 ਕਿੰਨਾ ਹੁੰਦਾ 52 × 100 ਕਿਲੋਮੀਟਰ ਹੈ ਕਿਲੋਮੀਟਰ ਦਾ ਨਾ ਇਹਨਾਂ ਨੇ ਜਵਾਬ ਸਾਰਾ ਕਿੰਨੇ ਚ ਦਿੱਤਾ ਮੀਟਰ ਤਾਂ ਆਪਾਂ ਇਸ 52 × 100 ਕਿਲੋਮੀਟਰ ਨੂੰ ਮੀਟਰ ਚ ਬਦਲਣ ਲਈ ਕੀ ਕੀਤਾ ਹਜ਼ਾਰ ਨਾਲ ਗੁਣਾ ਆ 2 0 ਇੱਧਰ ਕੱਢੀਆਂ ਗਈਆਂ ਕਿੰਨਾ ਜਵਾਬ ਆ ਗਿਆ 52 ਨੂੰ 10 ਨਾਲ ਗੁਣਾ ਕੀਤਾ 510 ਕਿੰਨਾ ਜਵਾਬ ਆ ਗਿਆ 510 ਪਹਿਲੀ ਸਮਝ ਲੱਗ ਗਈ ਸਾਰਿਆਂ ਨੂੰ ਮੰਨ ਲਓ 500 ਰੁਪਏ ਦੀ ਸ਼ਰਟ ਲਿੱਤੀ 30% ਡਿਸਕਾਊਂਟ ਹੈ ਤਾਂ 500 ਗੁਣਾ 30 ਬਟੇ 100
ਇੱਥੇ ਪੁਆਇੰਟ ਕਰਕੇ ਤੁਹਾਨੂੰ ਜ਼ਿਆਦਾ ਲੰਬਾ ਕੰਮ ਹੋ ਗਿਆ ਹੈ ਤਾਂ ਕੰਮ ਸਿੰਪਲ ਸਮਝ ਲੱਗ ਗਈ ਅਗਲਾ ਹੁਣ ਦੇਖੋ 4509000 ਦਾ ਕਿੰਨੇ ਪ੍ਰਤੀਸ਼ਤ ਹੈ ਕਹਿੰਦਾ 4509000 ਦਾ ਕਿੰਨੇ ਪ੍ਰਤੀਸ਼ਤ ਹੈ ਕੋਈ ਚੁੱਕਾ ਲਾਊਗਾ 9000 ਦਾ ਅੱਧ ਕਰੀਏ ਕਿੰਨਾ ਬਣੂਗਾ 4500 ਤਾਂ ਫਿਰ ਅੱਧ ਕਿੰਨੇ ਪ੍ਰਤੀਸ਼ਤ ਹੁੰਦਾ ਹਮੇਸ਼ਾ ਪ੍ਰਤੀਸ਼ਤ 100 ਵਿੱਚੋਂ ਦੇਖੀ ਦੀ ਹੈ 50 9000 ਦਾ 50% ਕਿੰਨਾ ਹੋ ਗਿਆ 4500 ਉਨੱਤੀ ਤੀਹ
ਯਾਨੀ ਕਿ ਬਿਨਾ ਰੰਗ ਦਿੱਤੇ ਕਿੰਨੇ ਡੱਬੇ ਹੋ ਗਏ। ਹੁਣ ਆਪਾਂ ਇਹਨਾਂ ਦੀ ਪ੍ਰਤੀਸ਼ਤ ਦੱਸਦੀ ਆ। ਜਦੋਂ ਜੇ ਤੁਹਾਨੂੰ ਯਾਦ ਹੋਵੇ, ਮੰਨ ਲਓ ਜਿਵੇਂ ਆਹ ਹੈ, ਤਾਂ ਆਪਾਂ ਇਹਦੀ ਪ੍ਰਤੀਸ਼ਤ ਭਿੰਨ ਤੋਂ ਪ੍ਰਤੀਸ਼ਤ ਬਣਾਉਂਦੇ ਸੀ। ਇੱਕ ਵੱਡਾ ਚਾਰ ਤੇ ਉਹਨੂੰ ਕਿੰਨਾ ਗੁਣਾ ਕਰਦੇ ਸੀ, ਤਾਂ ਪ੍ਰਤੀਸ਼ਤ ਪਰਸੈਂਟ ਬਣਦੀ ਸੀ। ਹੁਣ ਇਹਨੇ ਚ ਆਪਾਂ ਜਿੰਦੀ ਪਤਾ ਕਰਨੀ ਹੈ, ਖਾਲੀ ਡੱਬੇ ਉਹ ਤਾਂ ਲੱਭ ਲਏ ਕਿੰਨੇ ਆ, ਪਰ ਕੁੱਲ ਡੱਬੇ ਕਿੰਨੇ ਆ ਉਹ ਵੀ ਦੇਖਣੇ ਆ। ਉਹਦੇ ਚ ਜੇ ਮੈਂ ਕਾਲੇ ਵੀ ਗਿਨਾਂ, ਫਿਰ ਚਾਰ ਹੀ ਉਹਦੇ ਚ ਜੋੜ ਦੂੰਗੀ ਤਾਂ ਕੁੱਲ ਡੱਬੇ ਪਤਾ ਚੱਲ ਜਾਣਗੇ ਕਿੰਨੇ ਆ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਿਆਲੀ ਬਿਆਲੀ ਤਰਤਾਲੀ ਉਨਤਾਲੀ ਪੰਤਾਲੀ ਛਿਆਲੀ ਸੰਤਾਲੀ ਅਠਤਾਲੀ ਉਣੰਜਾ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਚੁਰੰਜਾ ਪਚਵੰਜਾ ਛਪੰਜਾ ਸਤਵੰਜਾ ਅਠਵੰਜਾ ਉਨਾਹਠ ਟੋਟਲ ਡੱਬੇ ਸੌ ਗੁਣਾ ਸੌ ਗੁਣਾ ਸੌ ਕਿਉਂ ਕੀਤਾ? ਪਰਸੈਂਟ ਬਣਾਉਣ ਲਈ। ਮੈਂ ਕੱਲ ਵੀ ਦੱਸਿਆ ਸੀ, ਜੇ ਆਪਾਂ ਕਿਸੇ ਰਕਮ ਦੀ ਪਰਸੈਂਟ ਬਣਾਉਣੀ ਹੈ ਤਾਂ ਉਹਨੂੰ ਕਿੰਨਾ ਗੁਣਾ ਕਰੀਦਾ? ਸੌ। ਹੁਣ ਥੱਲੜਾ ਸੌ ਉੱਪਰਲਾ ਸੌ ਕਿੰਨਾ ਰਹਿ ਗਿਆ? ਚਾਲੀ ਪ੍ਰਤੀਸ਼ਤ। ਤਾਂ ਕਿਹੜਾ ਜਵਾਬ ਆ ਗਿਆ? ਚਾਲੀ। ਤੀਜੀ ਆਪਸ਼ਨ ਸਮਝ ਲੱਗ ਗਈ। ਅਗਲਾ, ਜੇਕਰ ਕਿਸੇ ਸੰਖਿਆ ਦਾ 7/3% 42 ਹੈ ਤਾਂ ਸੰਖਿਆ ਪਤਾ ਕਰੋ। ਕਹਿੰਦਾ ਜਿਵੇਂ ਆਪਾਂ ਕਹਿੰਦੇ ਆ 100 ਹੈ, 100 ਦਾ 2% ਕਿੰਨਾ ਹੋਇਆ? ਮੰਨ ਲਓ ਜਿਵੇਂ ਮੈਂ ਕਹਿੰਦੀ ਹਾਂ 100 ਦਾ 2% 42 ਹੈ, ਠੀਕ ਹੈ, ਤਾਂ ਆਪਾਂ ਕੀਤਾ ਹੋਇਆ ਦਾ ਦਾ ਮਤਲਬ ਮਲਟੀਪਲਾਈ ਪਰਸੈਂਟ ਇੱਥੇ ਲੱਗੀ ਹੋਈ ਹੈ, ਤੈਨੂੰ ਹਟਾਉਣ ਲਈ ਕੀ ਕਰਾਂਗੇ? ਸੌ ਕਿੱਥੇ ਲਾਵਾਂਗੇ? ਥੱਲੇ। ਉਹੀ ਕੰਮ ਹੈ। ਹੁਣ ਇੱਥੇ ਕਹਿੰਦਾ 100 ਦੀ ਜਗ੍ਹਾ ਰਕਮ ਲੱਭਣੀ ਹੈ ਕਿ ਕਿਹੜੀ ਰਕਮ ਦਾ 7/3% ਕਿੰਨਾ ਹੈ? 42। ਤਾਂ ਕਿਵੇਂ ਕਰਾਂਗੇ? ਉਵੇਂ ਹੀ ਗੜਬੜ ਹੋ ਗਈ। ਇੰਗਲਿਸ਼ ਚ 7% ਦਿੱਤਾ, ਪੰਜਾਬੀ ਚ 7/3 ਹਨਾ। ਐਕਸ ਦਾ 7% ਕਰਕੇ ਦੇਖੀਏ ਬਰਾਬਰ ਕਿੰਨਾ ਆ ਗਿਆ? ਐਕਸ ਗੁਣਾ 7/100 ਬਰਾਬਰ 42। ਐਕਸ ਬਰਾਬਰ 42 ਗੁਣਾ 100/7 ਹਨਾ। 7 × 7 ਸੱਤੂ ਚੀਕ 42। 6 ਨੂੰ 100 ਨਾਲ ਗੁਣਾ ਕੀਤਾ ਕਿੰਨਾ? 600। ਤੀਜੀ ਆਪਸ਼ਨ ਯਾਨੀ ਕਿ ਪੰਜਾਬੀ ਮੀਡੀਅਮ ਦਾ 3 ਗਲਤ ਹੈ, ਇਕੱਲਾ ਕਿੰਨਾ ਹੈ? 7%। ਯਾਨੀ